ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਪਰਮਾਤਮਾ ਪਾਸੋਂ ਸਾਡਾ ਰੋਜ਼ ਦਾ ਰੋਜ਼ ਜਿਹੜਾ ਲੇਖਾ ਆ ਚੈੱਕ ਕੀਤਾ ਜਾਂਦਾ ਆ। ਇਹ ਬਹੁਤ ਹੀ ਸੂਖਮ ਗਿਆਨ ਜਿਹੜਾ ਆ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਟੁਹਾਣਾ ਵਾਲਿਆਂ ਕੋਲ ਸਰਵਣ ਕਰਦੇ ਆ। ਮਾਲਕ ਨੇ ਰੋਜ਼ ਦਾ ਰੋਜ਼ ਸਾਡੇ ਸਵਾਸਾਂ ਦਾ ਧੰਨ ਚੈੱਕ ਕਰਨਾ ਹੁੰਦਾ ਹੈ ਵੀ ਇਹ ਕਿੱਥੇ ਖਰਚਦਾ ਪਿਆ ਰੋਜ਼ ਦਾ ਰੋਜ਼, ਤੇ ਅਖੀਰ ਤੇ ਸਾਡਾ ਸਾਰਾ ਹੀ ਹਿਸਾਬ ਹੋ ਜਾਂਦਾ। ਜਦੋਂ ਰਾਤ ਨੂੰ ਸਾਡਾ ਮਨ ਸਰੀਰ ਛੱਡ ਕੇ ਆਪਦੇ ਘਰ ਵੱਲ ਜਾਂਦਾ ਹੈ, ਉੱਥੇ ਸਾਡਾ ਸਵਾਸਾਂ ਦਾ ਧੰਨ ਚੈੱਕ ਹੋ ਜਾਂਦਾ। ਜਦੋਂ ਅਸੀਂ ਦਿਨ ਵੀ ਰਾਤ ਵੀ ਅਸੀਂ ਸਵਾਸ ਲੇਖੇ ਦੇ ਵਿੱਚ ਜਦੋਂ ਚੈੱਕ ਹੋਇਆ ਤੇ ਉੱਥੇ ਪਤਾ ਲੱਗਾ ਵੀ ਇਹ ਤਾਂ ਸਾਰਾ ਦਿਨ ਅੱਜ ਕੱਲ ਵੀ ਤੁਹਾਡੇ ਨਾਮ ਪਾਸੇ ਧਿਆਨ ਕਰਦਾ ਜੀ, ਤੁਹਾਡਾ ਨਾਮ ਜਪਦਾ ਪਿਆ, ਤੁਹਾਡੀ ਉਸਤਤ ਕਰਦਾ ਪਿਆ, ਤੁਹਾਡੀ ਉਸਤਤ ਦੂਜਿਆਂ ਨੂੰ ਕਰਕੇ ਸੁਣਾਉਂਦਾ, ਤੇ ਮਾਲਕ ਫਿਰ ਖਾਸ ਧਿਆਨ ਕਰਦਾ ਹੈ। ਅੱਛਾ ਇਹ ਗੱਲ ਹੈ। ਜਦੋਂ ਰਿਪੋਰਟ ਚਿੱਤਰਗੁਪਤ ਧਰਮਰਾਜ ਨੂੰ ਦਿੰਦੇ ਨੇ ਤੇ ਧਰਮਰਾਜ ਰੋਜ਼ ਦੀ ਰੋਜ਼ ਰਿਪੋਰਟ ਸੱਚ ਨੂੰ ਬਖਸ਼ ਦਿੱਤੀ ਜਾਂਦਾ, ਉਹਨਾਂ ਨੂੰ ਸੌਂਪਦਾ ਪਿਆ, ਤੇ ਜਦੋਂ ਰੋਜ਼ ਦਾ ਰੋਜ਼ ਦਿੰਦੇ ਆ ਤੇ ਉਹ ਪਹਿਲਾਂ ਤਾਂ ਮਾਲਕ ਸਾਡੇ ਪਾਸੇ ਨੀ ਗੌਲਦੇ ਕਿਉਂਕਿ ਉਹਨਾਂ ਨੇ ਤ੍ਰੈਗੁਣ ਦੀ ਰੋਜ਼ ਰਿਪੋਰਟ ਦੇਣੀ ਹੈ, ਧਰਮਰਾਜ ਚਿੱਤਰਗੁਪਤ ਨੇ ਧਰਮਰਾਜ ਨੂੰ ਦੇਣੀ ਹੈ ਤੇ ਧਰਮਰਾਜ ਨੇ ਮਾਲਕ ਅੱਗੇ ਪੇਸ਼ ਕਰਨੀ ਹੈ। ਉਹ ਤਾਂ ਇੱਕ ਵੀ ਜਿਵੇਂ ਫਾਈਲ ਸਾਡੀ ਉਹਨਾਂ ਨੇ ਮੋਹਰ ਲਾਉਣੀ ਹੁੰਦੀ ਮਾਲਕ ਤੋਂ ਵੀ ਆਹ ਕਰਦਾ ਪਿਆ। ਜਦੋਂ ਫਿਰ ਅਸੀਂ ਇੱਧਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਫਿਰ ਮਹਾਰਾਜ ਕਹਿੰਦੇ ਵੀ ਅੱਛਾ ਸਾਡਾ ਕੰਮ ਕਰ ਰਿਹਾ, ਘਰ ਦਾ ਕੰਮ ਕਰਨਾ ਸ਼ੁਰੂ ਕਰ, ਵਿਰਾਗ ਕਰ ਰਿਹਾ। ਉਹ ਆਂਦੇ ਜੀ ਵੀ ਇਹ ਤਾਂ ਸਿਮਰਨ ਹੀ ਕਰਦਾ ਰਹਿੰਦਾ, ਇਹ ਤਾਂ ਸੱਚ ਦੀਆਂ ਵਿਚਾਰਾਂ, ਅੱਜ ਕੱਲ ਵਿਰਾਗ ਅਵਸਥਾ ਚੱਲਦਾ ਪਿਆ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਫਿਰ ਇਹ ਧੰਨ ਤਾਂ ਫਿਰ ਸਤਿਗੁਰ ਦੇਣਗੇ, ਤੁਸੀਂ ਤਾਂ ਦੇ ਨਹੀਂ ਸਕਦੇ ਮਾਇਆ ਨੂੰ ਤ੍ਰੈਗੁਣ। ਫਿਰ ਉਹ ਚੈੱਕ ਕਰਦੇ ਨੇ ਵੀ ਵਾਕਈ ਆਪ ਸਪੈਸ਼ਲ ਦਰ ਤੇ ਆ ਜਾਂਦੇ ਨੇ, ਜਿਹੜਾ ਜੀਵ ਸਾਨੂੰ ਯਾਦ ਕਰੇਗਾ ਉਹਦੇ ਲਈ ਤਾਂ ਜਾਣਾ ਪਏਗਾ। ਸਪੈਸ਼ਲ ਦਰ ਤੇ ਆ ਕੇ ਵੇਖਦੇ ਨੇ, ਆਤਮਾ ਦੀ ਡਿਊਟੀ ਲਾਉਂਦੇ ਨੇ ਵੀ ਰਿਪੋਰਟ ਦੇ ਵਿੱਚ ਇਹ ਆ ਰਿਹਾ ਵੀ ਮਨ ਜਿਹੜਾ ਹੈ ਉਹ ਨਾਮ ਤੇ ਸਵਾਸ ਜਮ੍ਹਾਂ ਕਰਾਉਂਦਾ ਪਿਆ, ਉਸ ਤਰ ਚ ਸਵਾਸ ਜਮ੍ਹਾਂ ਕਰਾ ਰਿਹਾ, ਦੂਜਿਆਂ ਨੂੰ ਯਤਨ ਕਰਦਾ, ਤੁਸੀਂ ਵੇਖੋ ਨਿਗਰਾਨੀ ਕਰੋ। ਸਤਿਗੁਰ ਨੂੰ ਕਹਿੰਦੇ ਆ ਵੀ ਵਾਕਿਆ ਕਿ ਕਿਤੇ ਡੱਡੀ ਮੱਛੀ ਦੇ ਉੱਤੇ ਨਜ਼ਰ ਰੱਖ ਕੇ ਤੇ ਬਗਲਾ ਭਗਤਾ ਨੀ ਬਣਿਆ ਬੈਠਾ ਵਾਕਿਆ। ਫਿਰ ਸਤਿਗੁਰ ਸਾਡੀ ਪ੍ਰੀਖਿਆ ਲੈ ਕੇ ਦੇਖਦੇ ਆ ਵੀ ਇਹ ਬਗਲਾ ਭਗਤ ਹੈ ਕਿ ਵਾਕਿਆ ਦੇ ਮਨ ਮਾਨਿਆ ਅੱਜ ਕੱਲ ਮਹਿਸੂਸ ਇਹਨੇ ਕੀਤਾ ਕਿ ਤੁਹਾਡੇ ਵਰਗੇ ਗੁਰਮੁਖ ਜਿਹੜੇ ਫਿਰ ਉਹ ਨਹੀਂ ਛੱਡਦੇ ਪੈਂਡਾ ਮਾਲਕ ਦਾ ਨਾਮ ਦਾ, ਉਹ ਫਿਰ ਰਿਪੋਰਟ ਜਾਂਦੀ ਵੀ ਵਾਕਿਆ ਮਿਲਣਾ ਚਾਹੁੰਦਾ ਜੀ, ਮਹਿਸੂਸ ਕੀਤਾ ਅੱਗੇ ਸਾਧੂਆਂ ਨਾਲ ਸੰਪਰਕ ਹੋਇਆ, ਉਹਨਾਂ ਤੋਂ ਇਹਨੇ ਬਚਨ ਸੁਣੇ ਆ ਤੇ ਉਦੋਂ ਬਾਅਦ ਇਹ ਮਹਿਸੂਸ ਕਰਨ ਲੱਗ ਗਿਆ ਤੇ ਤੁਸੀਂ ਬਖਸ਼ਿਸ਼ ਕਰਦੇ। ਤੇ ਉਹ ਸਾਡੇ ਜਿਹੜੇ ਤੁਹਾਨੂੰ ਇਹ ਦੱਸਦੇ ਪਏ ਆ ਵੀ ਜਿਹੜਾ ਤੁਸੀਂ ਰੋਜ਼ ਦਾ ਰੋਜ਼ ਸਵਾਸਾਂ ਦਾ ਧੰਨ ਜਮ੍ਹਾਂ ਕਰਾਉਂਦੇ ਜੇ ਤੁਹਾਡੀ ਰਿਪੋਰਟ ਆਟੋਮੈਟਿਕ ਹੀ ਉੱਥੇ ਚਲੀ ਜਾਂਦੀ ਹੈ, ਤੁਹਾਨੂੰ ਕਹਿਣ ਦੀ ਨੀ ਲੋੜ। ਤੁਹਾਡਾ ਸਵਾਸਾਂ ਦਾ ਜਦੋਂ ਹਿਸਾਬ ਹੁੰਦਾ ਨਾ ਰਾਤ ਨੂੰ, ਆਟੋਮੈਟਿਕ ਰਿਪੋਰਟ ਤੁਹਾਡੀ ਜਿਹੜੀ ਹੈ ਉਹ ਚਿੱਤਰਗੁਪਤ ਧਰਮਰਾਜ ਨੇ ਦੇ ਦੇਣੀ ਆ, ਕਿਉਂਕਿ ਉਹ ਬਿਲਕੁਲ ਖਾਲਸ ਤੌਰ ਤੇ ਸਾਡੀ ਦੇਖ ਰੇਖ ਚਲਾਏ ਨੇ ਵੀ ਅੱਜ ਇੰਨੇ, ਇਸ ਕਰਕੇ ਤੁਸੀਂ ਮੈਨੂੰ ਜਪ ਕੇ ਦਿਖਾਓ ਨਾ ਦਿਖਾਓ ਤੁਸੀਂ ਕੀ ਕਰਦੇ ਹੋ, ਨਹੀਂ ਮੇਰੇ ਅੱਗੇ ਤੁਸੀਂ ਚੰਗੇ ਬਣੇ ਰਹੋ, ਇਹ ਨਹੀਂ ਮਤਲਬ ਹੈ ਭੇਖ ਵਿਖਾਓ। ਜਦੋਂ ਤੁਸੀਂ ਯਤਨ ਕਰਨਾ ਸ਼ੁਰੂ ਕਰਤਾ ਤੇ ਨਾ ਮੈਂ ਨੰਬਰ ਲਾਉਣੇ ਨਾ ਕਿਸੇ ਨੇ, ਤੇ ਉਹ ਤਾਂ ਲਾਉਣ ਵਾਲੇ ਨੇ ਲਾ ਹੀ ਦੇਣੇ, ਰਿਪੋਰਟ ਚੈੱਕ ਹੋ ਜਾਣੀ, ਇੰਨੇ ਸਵਾਸ ਜਮ੍ਹਾਂ ਕਰਾਏ ਨੇ। ਜੇ ਤੁਸੀਂ ਰੋਜ਼ ਦੇ ਰੋਜ਼ ਸਵਾਸ ਜਮ੍ਹਾਂ ਕਰਾਉਣ ਲੱਗ ਗਏ ਤੇ ਪਰਮੇਸ਼ਰ ਨੇ ਆਪਣੇ ਆਪ ਹੀ ਆਤਮਾ ਨੂੰ ਕਹਿ ਕੇ ਨਾਮ ਦਾ ਧੰਨ ਸਮਝਵਾ ਦੇਣਾ ਸਤਿਗੁਰ ਨੂੰ ਕਹਿ ਕੇ, ਕਿਉਂ ਅਸੀਂ ਸਵਾਸਾਂ ਦਾ ਧੰਨ ਉੱਥੇ ਜਮ੍ਹਾਂ ਕਰਾ ਰਹੇ।
ਤੇ ਨਾਲ ਸਾਨੂੰ ਸ਼ਾਬਾਸ਼ ਵੀ ਦੇਣੀ ਵੀ ਜਿਹੜਾ ਗੁਰਮੁਖ ਹੈ ਇਹ ਮਹਿਸੂਸ ਕਰਦਾ ਹੈ, ਮਹਿਸੂਸ ਕਰਕੇ ਨਾਮ ਦਾ ਧਨ ਲਿਆ। ਇਸ ਕਰਕੇ ਜਿੱਥੇ ਤੁਸੀਂ ਸਵਾਸਾਂ ਦਾ ਧਨ ਜਮ੍ਹਾਂ ਕਰਾਓਗੇ ਉੱਥੇ ਦਾ ਹੀ ਰਤਨ ਤੁਹਾਨੂੰ, ਉਵੇਂ ਦਾ ਰਤਨ ਤੁਹਾਨੂੰ ਦੇ ਦਿੱਤਾ ਜਾਏਗਾ। ਸੋ ਅਭਿਆਸ ਕਰਨਾ ਤਾਂ ਨਾਮ ਦੇ ਉੱਪਰ ਸਵਾਸਾਂ ਦਾ ਧਨ ਜਮ੍ਹਾਂ ਕਰਾਉਣਾ, ਤਾਂ ਕਿ ਸਾਡੀ ਰਿਪੋਰਟ ਜਦੋਂ ਚੈੱਕ ਕਰਨ ਸਤਿਗੁਰ, ਉਸ ਰਿਪੋਰਟ ਵਿੱਚ ਸਾਡੇ ਸਵਾਸ ਜਿਹੜੇ ਨੇ ਉਹਨਾਂ ਦੇ ਲੇਖੇ ਵਿੱਚ ਸਿਮਰਨ ਹੋਵੇ, ਨਾਮ ਹੋਵੇ, ਮਾਲਕ ਪਰਮੇਸ਼ਵਰ ਦੀ ਉਸਤਤ ਹੋਵੇ, ਯਾਦ ਹੋਵੇ, ਆਪੇ ਮਿਹਰ ਕਰ ਦਿੰਦੇ। ਜਿੰਨੇ ਸਵਾਸ ਜਮ੍ਹਾਂ ਕਰਾਏ ਉਹਨਾਂ ਗਿਆਨ, ਉਹਨਾਂ ਸਿਮਰਨ, ਨਾਮ। ਅੱਛਾ, ਕਿਤੇ ਇਹ ਵੀ ਨਾ ਆਪਾਂ ਵੀ ਇਹ ਇਸ ਤਰ੍ਹਾਂ ਨਹੀਂ, ਕਿਤੇ ਕਈ ਗੁਰਮੁਖ ਇਸ ਵਹਿਮ ਚ ਪੈ ਜਾਂਦੇ ਨੇ ਵੀ ਅਸੀਂ ਤਾਂ ਬੇਨਤੀਆਂ ਹੀ ਕਰੀ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਕਰ ਹੁਣ ਤੂੰ ਸਾਡਾ ਜਾਣਦਾ ਪਿਆ, ਤੂੰ ਸਾਡੀ ਪਹਿਚਾਣਦਾ ਪਿਆ। ਇਹ ਸਫਲ ਵਿਰਾਗ ਹੈ, ਸਾਰਾ ਦਿਨ ਮਿਹਨਤ ਕਰਨੀ ਸ਼ੁਰੂ ਕਰਤੀ, ਮਿਹਨਤ ਦੇ ਲਈ ਯਤਨ ਕਰਨੇ, ਸਾਧ ਸੰਗਤ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ, ਬਾਣੀ ਪੜ੍ਹਨੀ, ਬ੍ਰਹਮ ਗਿਆਨ ਕਰਨਾ, ਜਪਣਾ, ਜਪਾਉਣਾ, ਉਪਦੇਸ਼ ਦੱਸਣਾ, ਖੇਡ ਸਾਰੀ ਉਹਨੇ ਸ਼ੁਰੂ ਕਰ ਦਿੱਤੀ। ਇਸੇ ਕਰਕੇ ਸਤਿਗੁਰ ਕਹਿੰਦੇ ਆ ਵੀ ਬੜਾ ਸੌਖਾ ਹੈ, ਉਹ ਹੈ ਸਵਾਸਾਂ ਦਾ ਧਨ ਜਮ੍ਹਾਂ ਕਰਾਉਣਾ। ਤੁਸੀਂ ਕਰਨਾ ਸ਼ੁਰੂ ਕਰ ਦਿਓ, ਤੁਹਾਡੀ ਰਿਪੋਰਟ ਦੇ ਮੁਤਾਬਕ ਤੁਹਾਨੂੰ ਸਤਿਗੁਰ ਬਖਸ਼ਿਸ਼ ਕਰ ਦੇਣਗੇ। ਆਓ ਜੀ ਫਿਰ ਕਰੋ, ਥੋੜਾ ਜਿਹਾ ਸਵਾਸ ਸਿਮਰਨ ਕਰਕੇ ਹੋਰ ਜਮ੍ਹਾਂ ਕਰਵਾਈਏ ਆਪਾਂ। ਜਿਵੇਂ ਆਪਾਂ ਵਿਚਾਰ ਕਰਦੇ ਪਏ ਨਾ ਸੱਚ ਦੀ, ਉਹਨਾਂ ਦਾ ਗਿਆਨ ਧਿਆਨ ਪ੍ਰਪੇਖ ਕਰਦੇ ਪਏ, ਇਹ ਵੀ ਸਾਡੇ ਸਵਾਸ ਜਮ੍ਹਾਂ ਹੁੰਦੇ ਪਏ। ਤੇ ਜਦੋਂ ਅਸੀਂ ਸਿਮਰਨ ਕਰਦੇ ਹਾਂ ਉਦੋਂ ਸਾਡੇ ਪੂਰਨ, ਉਹ ਵੀ ਸਾਡੇ ਇੱਕ ਚਿੱਤ ਹੋ ਕੇ ਸਵਾਸ ਜਮ੍ਹਾਂ ਹੁੰਦੇ ਆ। ਆਓ ਜੀ ਕਰੋ ਅਭਿਆਸ, ਕਰੋ ਫਿਰ। Yeah.
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖਾਂ ਨੇ ਬਹੁਤ ਹੀ ਜਿਹੜਾ ਸੂਖਮ ਗਿਆਨ ਬਹੁਤ ਹੀ ਸਰਲ ਤਰੀਕੇ ਦਾ ਨਾਲ ਸਮਝਾਇਆ ਆ, ਕਿਵੇਂ ਮਾਲਕ ਵੱਲੋਂ ਰੋਜ਼ ਦਾ ਰੋਜ਼ ਸਾਡਾ ਜਿਹੜਾ ਲੇਖਾ ਵਾਚਿਆ ਜਾਂਦਾ ਆ, ਅਤੇ ਸਾਨੂੰ ਵੀ ਰੋਜ਼ ਦਾ ਰੋਜ਼ ਜਿਹੜੇ ਆ ਸਵਾਸ ਵੱਧੋ ਵੱਧ ਸਵਾਸ ਜਿਹੜੇ ਆ ਉਹ ਮਾਲਕ ਦੇ ਚੌਥੇ ਪਦ ਵਿੱਚ ਜਮ੍ਹਾਂ ਕਰਾਉਣੇ ਚਾਹੀਦੇ ਆ, ਤਾਂ ਜੋ ਮਾਲਕ ਨਾਲ ਮਿਲਾਪ ਅਸੀਂ ਕਰ ਸਕੀਏ। ਸੋ ਗੁਰਮੁਖਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।